ਕਿਉਂਕਿ ਮਨੁੱਖੀ ਸੁਭਾਅ ਹੈ ਇਹ। ਗੁਰਮੁਖੋ, ਹਰ ਕੰਮ ਕਰਨ ਤੋਂ ਪਹਿਲਾਂ ਇਹ ਚਾਹੁੰਦਾ ਵੀ ਜੋ ਮੈਂ ਕੰਮ ਕਰ ਰਿਹਾ ਨਾ ਮੈਨੂੰ ਪਤਾ ਲੱਗੇ ਇਹਦੇ ਵਿੱਚ ਮੈਨੂੰ ਮਿਲੇਗਾ ਕੀ। ਸਾਡਾ ਸੁਭਾਅ ਹੈ ਸਾਰਿਆਂ ਦਾ, ਅਸੀਂ ਕੁਛ ਵੀ ਕਰਦੇ ਹਾਂ ਪਹਿਲਾਂ ਇਹ ਸੋਚਦੇ ਹਾਂ ਵੀ ਜੇ ਇਹ ਕਰਾਂਗਾ ਤਾਂ ਮੈਨੂੰ ਇਹਦੇ ਵਿੱਚੋਂ ਫਾਇਦਾ ਕੀ ਹੋਵੇਗਾ, ਮਿਲੇਗਾ ਮੈਨੂੰ ਕੀ। ਅਤੇ ਜਦੋਂ ਅਸੀਂ ਪਰਮਾਤਮਾ ਦੇ ਸਿਮਰਨ ਦੀ ਗੱਲ ਕਰਦੇ ਹਾਂ ਫਿਰ ਵੀ ਮਨ ਵਿੱਚ ਇਹ ਹੁੰਦਾ ਨਾ ਵੀ ਇਹ ਸਿਮਰਨ ਕਰਾਂਗਾ ਅਤੇ ਇਹਦੇ ਵਿੱਚੋਂ ਪ੍ਰਾਪਤ ਕੀ ਹੋਵੇਗਾ, ਮੈਨੂੰ ਮਿਲੇਗਾ ਕੀ। ਅਤੇ ਵੈਸੇ ਤਾਂ ਸੁਖਮਨੀ ਸਾਹਿਬ ਦੀ ਗੁਰਮੁਖੋ ਸਾਰੀ ਜਿਹੜੀ ਬਾਣੀ ਹੈ ਉਹ ਸਾਨੂੰ ਇਹ ਬਿਆਨ ਕਰਦੀ ਹੈ ਵੀ ਪਰਮਾਤਮਾ ਦਾ ਨਾਮ ਜਪੀਏ ਅਤੇ ਕੀ ਪ੍ਰਾਪਤ ਹੁੰਦਾ ਹੈ। ਉਸੇ ਤਰ੍ਹਾਂ ਦੇ ਨਾਲ ਜਿਹੜੀ ਇਹ ਛੇਵੀਂ ਪੌੜੀ ਹੈ, ਇਹ ਛੇਵੀਂ ਪੌੜੀ ਵੀ ਸਾਨੂੰ ਇਹੀ ਬਿਆਨ ਕਰਦੀ ਹੈ। ਔਰ ਇੱਕ ਇੱਕ ਬੇਨਤੀ ਹੋਰ ਮੈਂ ਤੁਹਾਡੇ ਚਰਨਾਂ 'ਚ ਕਰਾਂ ਕਿਉਂਕਿ ਕਈ ਵਾਰ ਇੱਦਾਂ ਭੁਲੇਖਾ ਨਾ ਰਹਿ ਜਾਏ। ਸਿਮਰਨ ਦਾ ਅਰਥ ਗੁਰਮੁਖੋ ਕੇਵਲ, ਇਹ ਵੈਸੇ ਵਿਚਾਰ ਹੋ ਚੁੱਕੀ ਆ ਕਈ ਵਾਰ ਪਰ ਵਾਰ ਵਾਰ ਕਹੀਏ ਅਤੇ ਕਈ ਵਾਰ ਗੱਲ ਹੋਰ ਪੱਕੀ ਹੋ ਜਾਂਦੀ ਹੈ। ਹੁਣ ਅਸੀਂ ਪਰਮਾਤਮਾ ਦੇ ਸਿਮਰਨ ਦੀ, ਪਰਮਾਤਮਾ ਦੇ ਨਾਮ ਦੀ, ਹਰੀ ਦੇ ਨਾਮ ਦੀ ਗੱਲ ਕਰ ਰਹੇ ਹਾਂ। ਇਹਦਾ ਅਰਥ ਇਹ ਕਦੇ ਵੀ ਨਹੀਂ ਲੈਣਾ ਵੀ ਕੇਵਲ ਜ਼ਬਾਨ ਤੋਂ ਜਪਣ ਦੀ, ਬੋਲਣ ਦੀ ਗੱਲ ਹੋ ਰਹੀ ਹੈ। ਇਹਦੇ 'ਚ ਕੋਈ ਦੋ ਰਾਵਾਂ ਨਹੀਂ, ਸ਼ੱਕ ਨਹੀਂ ਕਿ ਸਿਮਰਨ ਦੀ ਆਰੰਭਤਾ ਜਿਹੜੀ ਹੈ ਉਹ ਪਹਿਲਾਂ ਬੋਲਣ ਤੋਂ ਹੀ ਹੁੰਦੀ ਹੈ। ਬੋਲਣਾ ਤਾਂ ਹੈ ਹੀ ਹੈ ਕਿਉਂਕਿ ਨਾਮ ਕਹਿਤ ਗੋਬਿੰਦ ਕਾ ਸੂਚੀ ਭਈ ਰਸਨਾ, ਜਾਂ ਰਸਨਾ ਗੁਣ ਗੋਪਾਲ ਨਿਧ ਗਾਇਨ। ਪਰ ਇਕੱਲਾ ਬੋਲਣਾ ਨਹੀਂ ਹੈ, ਸਿਮਰਨ ਇੱਕ ਪੂਰਾ ਕੋਰਸ ਕਹਿ ਲਓ ਇਹਨੂੰ, ਕਈ ਕਈ ਇਹਦੀਆਂ ਕਈ ਤਹਿਾਂ ਨੇ ਇਹਦੀਆਂ, ਉਹ ਸਾਰੀਆਂ ਤਹਿਾਂ ਨੂੰ ਮਿਲਾ ਲਈਏ ਅਤੇ ਜਿਵੇਂ ਟਾਹਣੀਆਂ ਨੂੰ, ਜੜ੍ਹਾਂ ਨੂੰ, ਤਣੇ ਨੂੰ, ਫੁੱਲਾਂ ਨੂੰ, ਪੇੜ ਨੂੰ, ਪੱਤਿਆਂ ਨੂੰ, ਸਭ ਨੂੰ ਮਿਲਾ ਕੇ ਪੇੜ ਬਣਦਾ ਨਾ, ਇੱਦਾਂ ਇਕੱਲੀ ਟਾਹਣੀ ਪੇੜ ਨਹੀਂ ਹੁੰਦੀ, ਇਕੱਲਾ ਪੱਤਾ ਪੇੜ ਨਹੀਂ ਹੁੰਦਾ, ਦਰਖਤ ਥੋੜ੍ਹਾ ਹੁੰਦਾ ਕਦੇ ਇਕੱਲਾ ਪੱਤਾ। ਇਸੇ ਤਰ੍ਹਾਂ ਇਕੱਲਾ ਬੋਲਣਾ ਸਿਮਰਨ ਨਹੀਂ ਹੁੰਦਾ, ਪਰ ਹਾਂ ਸਿਮਰਨ ਦਾ ਇੱਕ ਸਭ ਤੋਂ ਜ਼ਰੂਰੀ ਭਾਗ ਹੈ ਬੋਲਣਾ। ਆਰੰਭ ਤਾਂ ਇੱਥੋਂ ਹੀ ਹੋਣੀ ਹੈ, ਉਸ ਤੋਂ ਬਾਅਦ ਜਿਹੜਾ ਹੈ ਉਹ ਬੋਲਣ ਤੋਂ ਬਾਅਦ ਉਹਨੂੰ ਸਮਝਣਾ ਹੈ, ਸਮਝ ਕੇ ਉਹਨੂੰ ਹਿਰਦੇ 'ਚ ਵਸਾਉਣਾ ਹੈ, ਫਿਰ ਉਹਦੇ ਹੁਕਮ ਦੇ ਅੰਦਰ ਚੱਲਣਾ ਹੈ। ਕਿਉਂਕਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਨੇ ਕੇਵਲ ਪਰਮਾਤਮਾ ਦੇ ਨਾਮ ਨੂੰ ਮਨੁੱਖ ਹੀ ਨਹੀਂ ਸਿਮਰ ਰਿਹਾ, ਧਰਤੀ, ਆਕਾਸ਼, ਚੰਦਰਮਾ, ਸੂਰਜ, ਤਾਰੇ ਸਾਰੇ ਸਿਮਰਦੇ ਹੈ। ਸਿਮਰੈ ਧਰਤੀ ਅਰ ਆਕਾਸ਼ਾ, ਸਿਮਰੈ ਚੰਦ ਸੂਰਜ ਗੁਣ ਤਾਸਾ। ਧਰਤੀ ਵੀ ਸਿਮਰਦੀ ਹੈ, ਆਕਾਸ਼ ਵੀ ਸਿਮਰਦਾ, ਚੰਦਰਮਾ ਸੂਰਜ ਵੀ ਸਿਮਰਦਾ। ਹੁਣ ਚੰਦਰਮਾ ਦੀ ਅਤੇ ਸੂਰਜ ਦੀ ਗੁਰਮੁਖੋ ਕਿਹੜੀ ਜ਼ੁਬਾਨ ਹੈ, ਕਿਹੜੀ ਭਾਸ਼ਾ ਹੈ, ਕਿਹੜੀ ਬੋਲੀ ਹੈ? ਜਾਂ ਧਰਤੀ ਚੰਦ
ਜਾਂ ਕਹਿ ਲਓ ਆਕਾਸ਼, ਇਹ ਕਿਵੇਂ ਸਿਮਰਦਾ? ਇਹਨਾਂ ਦੀ ਕਿਹੜਾ ਕੋਈ ਬੋਲੀ ਹੈ, ਕੋਈ ਭਾਸ਼ਾ ਹੈ? ਇਹਦਾ ਅਰਥ ਇਹ ਸਿਮਰਦੇ ਨੇ ਹੁਕਮ ਦੇ ਅਧੀਨ ਰਹਿ ਕੇ, ਉਹਦੇ ਹੁਕਮ ਦੇ ਅੰਦਰ ਚੱਲਣਾ ਹੀ ਧਰਤੀ। ਤੁਸੀਂ ਦੇਖੋ ਸਦੀਆਂ ਕਰੋੜਾਂ ਅਰਬਾਂ ਖਰਬਾਂ ਸਾਲ ਹੋ ਗਏ ਕਿੱਦਾਂ ਪਰਮਾਤਮਾ ਦੇ ਹੁਕਮ ਦੇ ਅੰਦਰ ਚੱਲ ਰਹੀ ਹੈ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨਾ ਅੰਤ, ਭੈ ਵਿੱਚ ਸਭ ਕੁਛ। ਭੈ ਦਾ ਕੀ ਅਰਥ ਹੈ? ਉਹਦੇ ਹੁਕਮ ਅੰਦਰ, ਉਹਦੀ ਮਰਿਆਦਾ ਦੇ ਅੰਦਰ। ਇਹਨਾਂ ਚੀਜ਼ਾਂ ਦਾ ਪਰਮਾਤਮਾ ਦੇ ਹੁਕਮ, ਉਹਦੇ ਭੈ ਵਿੱਚ ਚੱਲਣਾ ਹੀ ਉਹਦਾ ਸਿਮਰਨ ਕਰਨਾ ਹੈ। ਇਸੇ ਤਰ੍ਹਾਂ ਪਰਮਾਤਮਾ ਜੀ ਦੇ ਹੁਕਮ ਦੇ ਵਿੱਚ ਰਹਿਣਾ, ਵਾਹਿਗੁਰੂ ਦੇ ਭੈ ਵਿੱਚ ਰਹਿਣਾ ਵੀ ਉਹਦਾ ਸਿਮਰਨ ਹੈ, ਉਹਦੀ ਬੰਦਗੀ ਹੈ, ਇਹ ਵੀ ਉਹਦੀ ਬੰਦਗੀ ਹੈ। ਜਿਵੇਂ ਇੱਕ ਬਚਨ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦਾ ਪੜ੍ਹਦੇ ਹਾਂ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ, ਕਹੋ ਨਾਨਕ ਹਰ ਭਜ ਮਣਾ। ਕਿਵੇਂ ਕਿਵੇਂ ਭਜਾਂ ਜੀ, ਕਿਵੇਂ ਭਜਨ ਕਰਾਂ? ਜਿਹੇ ਵਿਦ ਜਲ ਕਹੋ ਮੀਨ, ਜਿਹੜੀ ਵਿਧੀ ਦੇ ਨਾਲ, ਜਿਹੜੇ ਤਰੀਕੇ ਦੇ ਨਾਲ ਮੱਛੀ ਪਾਣੀ ਨੂੰ ਭਜਨ ਕਰਦੀ ਹੈ, ਜਿਸ ਵੇਖੋ ਸੌਖੇ ਦੇ ਅਰਥ ਨੇ, ਜਿਹੇ ਵਿਦ, ਜਿਹੜੀ ਵਿਧੀ ਦੇ ਨਾਲ ਜਲ ਕਹੋ ਮੀਨ, ਜਲ ਕਹਿੰਦੇ ਨੇ ਪਾਣੀ ਨੂੰ, ਮੀਨ ਕਹਿੰਦੇ ਨੇ ਮੱਛੀ ਨੂੰ, ਜਿਵੇਂ ਮੱਛੀ ਪਾਣੀ ਦਾ ਭਜਨ ਕਰਦੀ ਹੈ, ਸਿਮਰਦੀ ਹੈ, ਉਵੇਂ ਤੂੰ ਸਿਮਰ ਲੈ। ਹੁਣ ਕਦੇ ਮੱਛੀ ਨੂੰ ਸੁਣਿਆ ਪਾਣੀ 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 ਕਰਦੇ ਆ? ਕਦੇ ਨਹੀਂ ਨਾ ਸੁਣਿਆ। ਪਰ ਜੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਕਹਿੰਦੇ ਵੀ ਮੱਛੀ ਪਾਣੀ ਨੂੰ ਸਿਮਰਦੀ ਹੈ, ਇਹਦਾ ਭਾਵ ਸਿਮਰਦੀ ਹੈ, ਅਤੇ ਪਾਤਸ਼ਾਹ ਨੇ ਕਿਹਾ ਤੂੰ ਵੀ ਉਵੇਂ ਸਿਮਰ, ਇਹਦਾ ਅਰਥ ਕੀ ਬਣਿਆ? ਮੱਛੀ ਨੇ ਇਹ ਕਹਿ ਦਿੱਤਾ ਵੀ ਪਾਣੀ ਤੂੰ ਮੇਰੀ ਜ਼ਿੰਦਗੀ ਹੈ। ਗੁਰਮੁਖੋ, ਪਾਣੀ 'ਚ ਹੋਰ ਵੀ ਕਿੰਨੇ ਜੀਵ ਰਹਿੰਦੇ ਨੇ, ਡੱਡੂ ਰਹਿੰਦੇ ਨੇ, ਮੱਝਾਂ ਗਾਵਾਂ ਆਉਂਦੀਆਂ ਨੇ ਪਾਣੀ 'ਚੋਂ ਪਿਆਸ ਬੁਝਾਉਂਦੀਆਂ ਨੇ, ਕਿੰਨੇ ਪਸ਼ੂ ਪੰਛੀ ਪਾਣੀ ਦੇ ਉੱਤੇ ਆਉਂਦੇ ਨੇ, ਪਿਆਸ ਬੁਝਾ ਕੇ ਚਲੇ ਜਾਂਦੇ ਆ। ਪਰ ਗੁਰੂ ਪਾਤਸ਼ਾਹ ਨੇ ਗੱਲ ਕੀਤੀ ਤਾਂ ਮੱਛੀ ਦੀ ਕਿਉਂ ਕੀਤੀ? ਕਿਉਂਕਿ ਮੱਛੀ ਆ ਨਾ ਜਿਹੜੀ, ਉਹ ਇੱਕ ਵੀ ਪਲ ਜਿਹੜੀ ਹੈ ਉਹ ਪਾਣੀ ਤੋਂ ਬਿਨਾਂ ਰਹਿ ਨਹੀਂ ਸਕਦੀ। ਜਿਹੜੇ ਦੂਜੇ ਪਸ਼ੂ ਪੰਛੀ ਪਾਣੀ ਦੇ ਉੱਪਰ ਆਉਂਦੇ ਨੇ ਨਾ, ਉਹ ਕੁਝ ਘੰਟੇ ਪਾਣੀ ਤੋਂ ਬਿਨਾਂ ਰਹਿ ਲੈਂਦੇ ਆ। ਸਾਨੂੰ, ਅਸੀਂ ਵੀ ਤਾਂ ਪਾਣੀ, ਪਹਿਲਾਂ ਪਾਣੀ ਜੀਓ ਹੈ, ਪਰ ਸਾਨੂੰ ਜੇ ਦੋ ਚਾਰ ਘੰਟੇ ਪਾਣੀ ਨਾ ਮਿਲੇ ਅਸੀਂ ਜੀ ਲੈਂਦੇ ਹਾਂ। ਪਰ ਮੱਛੀ ਦਾ ਕੀ ਹੈ? ਕਿਉਂ ਜਿਉਂ ਮੱਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ, ਉੱਤੇ ਇੱਕ ਪਲ ਵੀ ਬਾਹਰ ਕੱਢੀਏ ਤਾਂ ਤੜਫਣ ਲੱਗ ਪੈਂਦੀ ਹੈ, ਇੱਦਾਂ ਇੱਕ ਪਲ ਵੀ ਨਹੀਂ ਰਹਿੰਦੀ। ਹੁਣ ਮੱਛੀ ਦਾ ਸਿਮਰਨ ਕੀ ਹੈ ਕਿ ਪਾਣੀ ਤੇਰੇ ਤੋਂ ਬਿਨਾਂ ਮੇਰੀ ਕੋਈ ਜ਼ਿੰਦਗੀ ਨਹੀਂ, ਤੇਰੇ ਤੋਂ ਬਿਨਾਂ ਮੇਰੀ ਕੋਈ ਜ਼ਿੰਦਗੀ ਨਹੀਂ। ਜਦੋਂ ਗੁਰਮੁਖ ਕਿਸੇ ਤਲਾਬ, ਜਦੋਂ ਕੋਈ ਤਲਾਬ ਸੁੱਕਦਾ ਹੈ ਨਾ, ਜਦੋਂ ਤਲਾਬ ਸੁੱਕਦਾ ਹੈ ਅਤੇ ਸਾਰੇ ਜਿਹੜੇ ਉਹਦੇ 'ਤੇ ਜੀਵ ਜੰਤੂ ਆਉਂਦੇ ਹੁੰਦੇ ਨੇ ਸਾਰੇ ਆਉਣਾ ਬੰਦ ਕਰ ਜਾਂਦੇ ਆ, ਡੱਡੂ ਮੇਂਢਕ ਇਸ ਤੱਕ ਜੋਕਾਂ, ਉਹ ਵੀ ਖਤਮ ਹੋ ਜਾਂਦੀਆਂ, ਉੱਥੋਂ ਚਲੀਆਂ ਜਾਂਦੀਆਂ ਕਿਤੇ ਆਸੇ ਪਾਸੇ, ਪਰ ਮੱਛੀ ਨਹੀਂ ਛੱਡ ਕੇ ਜਾਂਦੀ।
ਅਤੇ ਮੱਛੀ ਕਹਿੰਦੀ ਹੈ ਪਾਣੀ ਤੂੰ ਮੇਰੀ ਜ਼ਿੰਦਗੀ ਹੈ, ਮੈਂ ਤੇਰੇ ਸੁੱਕਣ ਤੋਂ ਪਹਿਲਾਂ ਪਹਿਲਾਂ ਤੜਫ ਤੜਫ ਕੇ ਮਰ ਜਾਵਾਂਗੀ ਪਰ ਤੈਨੂੰ ਛੱਡ ਕਿਤੇ ਨਹੀਂ ਜਾਵਾਂਗੀ। ਇਹ ਆ ਮੱਛੀ ਦਾ ਸਿਮਰਨ। ਉਹ ਥੋੜ੍ਹਾ ਮੂੰਹ 'ਚੋਂ ਪਾਣੀ ਪਾਣੀ ਕਰਦੀ ਹੈ ਪਰ ਉਹਨੇ ਪਾਣੀ ਨੂੰ ਆਪਣੀ ਜ਼ਿੰਦਗੀ ਮੰਨ ਲਿਆ, ਉਹ ਪਾਣੀ ਤੋਂ ਬਿਨਾਂ ਇੱਕ ਪਲ ਵੀ ਨਹੀਂ ਰਹਿੰਦੀ। ਇਹ ਵੀ ਗੁਰਮੁਖੋਂ ਸਿਮਰਨ ਹੈ ਪਰਮਾਤਮਾ ਦਾ। ਤੋ ਇੱਦਾਂ ਸਿਮਰਨ ਦਾ ਕੋਈ ਇੱਕ ਤਰੀਕਾ ਨਹੀਂ ਹੈ, ਉਹਦੇ ਹੁਕਮ ਦੇ ਵਿੱਚ ਰਹਿਣਾ ਇਹ ਵੀ ਪਰਮਾਤਮਾ ਦਾ ਸਿਮਰਨ, ਇਹ ਵੀ ਸਿਮਰਨ ਵਿੱਚ ਆਉਂਦਾ। ਉਹਦੇ ਬਿਨਾਂ ਜ਼ਿੰਦਗੀ ਰਹਿ ਹੀ ਨਾ ਸਕਣੀ। ਮੋਹੇ ਲਾਗਤੀ ਤਾਲਾ ਬੇਲੀ ਬਛਰੇ ਬਿਨ ਗਾਏ ਅਕੇਲੀ, ਜਾਂ ਮੱਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ, ਜਾਂ ਮੇਰਾ ਮਨ ਲੋਚੈ ਗੁਰਦਰਸ਼ਨ ਤਾਂ ਹੀ ਵਿਲਪ ਕਰੇ, ਚਾਤਰਕ ਕੀ ਨਹੀਂ, ਚਾਤਰਕ ਕਿਵੇਂ ਤ੍ਰੇ ਕਰਦਾ ਜੀ। ਇਹ ਵੀ ਸਿਮਰਨ ਹੈ ਪਰਮਾਤਮਾ ਦਾ। ਤੋ ਪਾਤਸ਼ਾਹ ਕਹਿੰਦੇ ਨੇ ਹਰ ਕਾ ਨਾਮ ਜਨ ਕੋ ਤ੍ਰਿਪ ਮੁਕਤ ਜੁਗਤ। ਮੁਕਤ ਜੁਗਤ ਤੋਂ ਗੱਲ ਕੀਤੀ, ਮੁਕਤ ਦਾ ਅਰਥ ਹੈ ਮੁਕਤੀ ਅਤੇ ਜੁਗਤ ਦਾ ਅਰਥ ਹੈ ਜੁਗਤੀ, ਮੁਕਤੀ ਦੀ ਜੁਗਤੀ ਹੈ ਜਿਹੜਾ ਹਰੀ ਦਾ ਨਾਮ ਹੈ ਨਾ। ਜਨ ਕੋ, ਜਨ ਦਾ ਅਰਥ ਹੁੰਦਾ ਜਪਣ ਵਾਲੇ, ਜਿਹੜੇ ਉਸ ਪਰਮਾਤਮਾ ਨੂੰ ਜਪਣ ਵਾਲੇ ਨੇ ਨਾ, ਹਰੀ ਦਾ ਨਾਮ ਜਪਣ ਵਾਲਿਆਂ ਦੇ ਲਈ ਮੁਕਤੀ ਦੀ ਜੁਗਤੀ ਹੈ। ਅਰਥ ਕੀ ਬਣਿਆ, ਪਤਾ ਲੱਗ ਗਿਆ ਭਗਤ ਜਨਾਂ ਨੂੰ ਕਿ ਪਰਮਾਤਮਾ ਦਾ ਨਾਮ ਜਪਿਆ ਜਪਣਾ ਹੀ ਸਭ ਤੋਂ ਵਧੀਆ ਤਰੀਕਾ ਹੈ ਮੁਕਤੀ ਪ੍ਰਾਪਤ ਕਰਨ ਦਾ, ਦੂਜਾ ਕੋਈ ਤਰੀਕਾ ਨਹੀਂ ਹੈ ਗੁਰਮੁਖੋ। ਅਤੇ ਮੁਕਤੀ ਦਾ ਅਰਥ ਮਰਨ ਤੋਂ ਬਾਅਦ ਦਾ ਨਹੀਂ ਹੈ, ਸਰੀਰ ਦਾ ਨਾਸ਼ ਹੋ ਜਾਣਾ ਮੁਕਤੀ ਥੋੜ੍ਹਾ ਕਿਤੇ। ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਕਹਿੰਦੇ ਜੇ ਘੱਟ ਸਿਮਰਨ ਰਾਮ ਕੋ ਸੋ ਨਰ ਮੁਕਤਾ, ਬੋਲੋ ਨਾ ਸੋ ਨਰ ਮੁਕਤਾ ਜਾਣ। ਜਾਣ ਦਾ ਅਰਥ ਉਹਨੂੰ ਜਾਣ ਲੈ ਭਾਈ, ਮੰਨ ਲੈ। ਜਿਸ ਦੇ ਘੱਟ ਦੇ ਅੰਦਰ ਹਰੀ ਦਾ ਨਾਮ ਵੱਸਦਾ ਉਹ ਮਨੁੱਖ ਮੁਕਤ ਹੈ। ਸੋ ਦਰਜਾਨਾ ਪੜ੍ਹਦੇ ਹੋ, ਸੇ ਮੁਕਤ ਭਏ ਕੌਣ ਜੀ, ਜਿਨ ਹਰ ਧਿਆਇਆ ਜੀ। ਉਹ ਮੁਕਤ ਨੇ ਜਿਨ੍ਹਾਂ ਨੇ ਹਰੀ ਨੂੰ ਧਿਆਇਆ, ਹਰੀ ਨੂੰ ਧਿਆਉਣਾ ਉਹਦਾ ਸਿਮਰਨ ਕਰਨਾ ਗੁਰਮੁਖੋ ਇਹੀ ਮੁਕਤੀ ਹੈ। ਵਕਾਰਾਂ ਵਾਲੇ ਪਾਸੇ ਤੋਂ, ਪਾਪਾਂ ਵਾਲੇ ਪਾਸੇ ਤੋਂ ਮੁਕਤ ਹੋਵਾਂਗੇ ਤਾਂ ਨਾਮ ਜਪਿਆ ਜਾਂਦਾ ਨਾ। ਇਸ ਕਰਕੇ ਜਿਹੜੇ ਹਰੀ ਦੇ ਜਨ ਹਨ, ਜਨ ਕਹੋ, ਜਨਾਂ ਲਈ ਮੁਕਤੀ ਦੀ ਜੁਗਤੀ ਕੀ ਹੈ, ਹਰ ਕਾ ਨਾਮ, ਹਰੀ ਦਾ ਨਾਮ ਜਪਣਾ। ਹਰ ਕੈ ਨਾਮ ਜਨ ਕਹੋ ਤ੍ਰਿਪਤ ਭੁਗਤ। ਤ੍ਰਿਪਤ ਭੁਗਤ ਦਾ ਅਰਥ ਹੁੰਦਾ ਰੱਜ ਜਾਣਾ, ਤ੍ਰਿਪਤ ਹੋ ਜਾਣਾ। ਰੱਜਦਾ ਨਹੀਂ ਹੈ ਮਨੁੱਖ, ਮਾਇਆ ਵਾਲੇ ਪਾਸੇ ਤੇ ਬਿਲਕੁਲ ਨਹੀਂ ਰੱਜਦਾ। ਅਤੇ ਰੱਜਣ ਲਈ ਕਰਦਾ ਕੀ ਹੈ, ਕਹਿੰਦਾ ਜੀ ਹੋਰ ਮਾਇਆ, ਹੋਰ ਮਾਇਆ, ਹੋਰ ਮਾਇਆ। ਗੁਰੂ ਪਾਤਸ਼ਾਹ ਕਹਿੰਦੇ ਤੇਰਾ ਫਾਰਮੂਲਾ ਹੀ ਗਲਤ ਹੈ, ਤੂੰ ਕਹਿੰਦਾ ਵੀ ਇੰਨੀ ਮਾਇਆ ਹੋ ਜਾਵੇ ਮੈਂ ਰੱਜ ਜਾਵਾਂ। ਪਾਤਸ਼ਾਹ ਕਹਿੰਦੇ ਗਲਤ ਤਰੀਕਾ ਤੇਰਾ। ਜਿਉਂ ਪਾਵਕ ਈਦਣ ਨਹੀਂ ਧਰਾਪੈ,
ਜਿਵੇਂ ਅੱਗ ਵਿੱਚ ਜਿੰਨਾ ਮਰਜ਼ੀ ਈਧਨ ਪਾਲੀਏ ਉਹ ਤਰਾਪਦੀ ਨਹੀਂ ਹੈ, ਉਹ ਰੱਜਦੀ ਥੋੜ੍ਹਾ ਕਿਤੇ। ਬਿਨ ਹਰ ਕਹਾਂ ਅਗਾਈ, ਕਿੱਥੇ ਰੱਜਦੀ ਹੈ ਉਹ। ਇਸੇ ਤਰ੍ਹਾਂ ਬੰਦਿਆਂ, ਬਿਨ ਹਰ ਕਹਾਂ ਹਰੀ ਦੇ ਨਾਮ ਤੋਂ ਬਿਨਾਂ ਤੂੰ ਕਿਵੇਂ ਰੱਜੇਗਾ। ਤੇਰਾ ਤਰੀਕਾ ਹੀ ਬੜਾ ਫਾਰਮੂਲਾ ਜਿਹਾ ਗਲਤ ਹੈ। ਕਦੇ ਗੁਰਮੁਖੋ ਇੱਦਾਂ ਇੱਦਾਂ ਸੋਚਿਆ ਸੀ ਵੀ ਮੈਂ ਨਾ ਅੱਗ ਵਿੱਚ ਲੱਕੜਾਂ ਪਾਉਣੀਆਂ ਬੰਦ ਹੀ ਨਹੀਂ ਕਰਨੀਆਂ ਜੜ ਤੱਕ ਇਹ ਰੱਜਦੀ ਨਹੀਂ ਹੈ। ਬਸ ਜ਼ਿੰਦਗੀ ਭਰ ਪਾਈ ਤੂੰ ਨਹੀਂ ਰੱਜਣਾ, ਨਹੀਂ ਰੱਜਣ ਵਾਲੀ ਚੀਜ਼ ਹੀ ਨਹੀਂ ਹੈ। ਇਸੇ ਤਰ੍ਹਾਂ ਤੂੰ ਕਹਿੰਦਾ ਮੈਂ ਮਾਇਆ ਇੰਨੀ ਪ੍ਰਾਪਤ ਕਰ ਲਵਾਂ, ਇੰਨੀ ਪ੍ਰਾਪਤ ਕਰ ਲਵਾਂ ਵੀ ਰੱਜ ਜਾਵਾਂ। ਪਾਤਸ਼ਾਹ ਕਹਿੰਦੇ ਇਸ ਮਨ ਨੇ ਨਹੀਂ ਰੱਜਣਾ, ਨਹੀਂ ਰੱਜਣਾ। ਰੱਜੂ ਕੌਣ? ਪਾਤਸ਼ਾਹ ਕਹਿੰਦੇ ਰੱਜਣਗੇ ਉਹ ਜਿੰਨੀ ਚਾਖਿਆ ਪ੍ਰੇਮ ਰਸ। ਬਾਰਾਂਵਾਂ ਗੁਰੂ ਅਰਜਨ ਸਾਹਿਬ ਪਾਤਸ਼ਾਹ, ਜਿੰਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਅਗਾਏ। ਉਹ ਤ੍ਰਿਪਤ ਹੋ ਗਏ, ਉਹ ਅਗਾਏ ਗਏ, ਉਹ ਰੱਜੇ ਹਨ। ਕੌਣ ਜੀ? ਜਿਨ੍ਹਾਂ ਨੇ ਨਾਮ ਪ੍ਰੇਮ ਰਸ ਨੂੰ ਚੱਖ ਲਿਆ ਹੈ, ਨਾਮ ਨੂੰ ਚੱਖਿਆ ਅਤੇ ਰੱਜ ਗਏ। ਨਹੀਂ ਤਾਂ ਪਾਤਸ਼ਾਹ ਕਹਿੰਦੇ ਸੋਨੇ ਦੇ ਢੇਰ ਦੇ ਉੱਤੇ ਬੈਠੇ ਵੀ ਲੋਕ ਭੁੱਖੇ ਹਨ। ਇਸ ਕਰਕੇ ਹਰ ਕਾ ਨਾਮ ਜਨ ਕਉ ਤ੍ਰਿਪਤ ਭੁਗਤ। ਤੇਰੀ ਤ੍ਰਿਪਤੀ ਦਾ ਇੱਕੋ ਹੀ ਤਰੀਕਾ ਹੈ, ਹਰੀ ਦਾ ਨਾਮ ਜਪ ਲਵੇਂ, ਸਬਰ ਪੈਦਾ ਹੋ ਜਾਏਗਾ। ਹਰ ਕਾ ਨਾਮ ਜਨ ਕਾ ਰੂਪ ਰੰਗ, ਰੂਪ ਰੰਗ, ਰੂਪ ਰੰਗ ਦਾ ਕੀ ਅਰਥ ਹੈ? ਸੋਹਣੇ ਹੋਣ ਦਾ ਤਰੀਕਾ, ਸੁਹੱਪਣ। ਰੂਪ ਰੰਗ ਦਾ ਕੀ ਅਰਥ ਹੁੰਦਾ? ਸੁਹੱਪਣ। ਪਾਤਸ਼ਾਹ ਕਹਿੰਦੇ ਹਰੀ ਦਾ ਜਿਹੜਾ ਜਨ ਹੈ ਨਾ, ਜਨ ਕਉ, ਵੇਖੋ ਵਾਰ ਵਾਰ ਜਨ ਕਉ ਜਨ ਕਾ ਸ਼ਬਦ ਆ ਰਿਹਾ ਹੈ। ਹਰੀ ਦੇ ਜਨਾਂ ਦੇ ਲਈ ਸੁਹੱਪਣ ਕੀ ਹੈ? ਪਰਮਾਤਮਾ ਦਾ ਨਾਮ। ਅਰਥ ਕੀ ਬਣਿਆ? ਰੂਪ ਰੰਗ। ਆਮ ਤੌਰ ਦੇ ਉੱਤੇ ਬੰਦਾ ਆਪਣੇ ਰੂਪ ਰੰਗ ਨੂੰ ਸੋਹਣਾ ਬਣਾਉਂਦਾ ਬਾਹਰਲੇ ਤਰੀਕਿਆਂ ਦੇ ਨਾਲ, ਪਰ ਗੁਰੂ ਪਾਤਸ਼ਾਹ ਕਹਿੰਦੇ ਭਾਈ ਪਹਿਲੀ ਗੱਲ ਤਾਂ ਪਰਮਾਤਮਾ ਦੇ ਭਗਤ ਨੂੰ ਇਹ ਫਿਕਰ ਹੀ ਨਹੀਂ ਹੈ ਵੀ ਦੁਨੀਆ ਮੈਨੂੰ ਸੋਹਣਾ ਸੋਹਣਾ ਕਹੇ। ਉਹਦਾ ਮਕਸਦ ਕੀ ਹੈ? ਗੁਰੂ ਦੇ ਦਰ ਦੇ ਉੱਤੇ ਸੋਹਣਾ ਲੱਗਾ। ਦੋ ਤਰੀਕੇ ਨੇ, ਇਹ ਨੁਕਤਾ ਬੜੇ ਧਿਆਨ ਨਾਲ ਸਮਝੋ। ਜਨਕਾ ਰੂਪ ਰੰਗ, ਰੱਬ ਦੇ ਪਿਆਰਿਆਂ ਦਾ ਰੂਪ ਰੰਗ ਕੀ ਹੁੰਦਾ? ਸੋਹਣਾ ਰੂਪ ਰੰਗ ਦਾ ਕਹਿ ਲਓ ਸੋਹਣਾਪਣ। ਜਿਹੜੇ ਪਰਮਾਤਮਾ ਦੇ ਭਗਤ ਨੇ ਉਹਨਾਂ ਦੀ ਸੁੰਦਰਤਾ ਕੀ ਹੁੰਦੀ, ਉਹਦਾ ਸੋਹਣਾਪਣ ਕੀ ਹੁੰਦਾ? ਪਰਮੇਸ਼ਰ ਦੇ ਦਰ ਦੇ ਉੱਤੇ ਸੋਹਣੇ ਲੱਗਣਾ। ਗੁਰੂ ਕਹੇ ਮੈਨੂੰ ਮੇਰਾ ਸਿੱਖ ਬੜਾ ਸੋਹਣਾ ਹੈ, ਅਤੇ ਗੁਰੂ ਕਿਹਨਾਂ ਨੂੰ ਕਹਿੰਦਾ? ਧਿਆਨ ਦਿਓ ਜੀ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਨੇ ਗੁਰੂ ਉਹਨਾਂ ਨੂੰ ਸੋਹਣੇ ਕਹਿੰਦਾ ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ, ਨਾਨਕ ਤੇ ਮੁੱਖ ਉਜਲੇ। ਉਜਲੇ ਕੀ ਹੁੰਦਾ? ਸੋਹਣੇ। ਉਹਨਾਂ ਦੇ ਮੁੱਖ ਸੋਹਣੇ ਨੇ, ਉਜਲੇ ਹੋਏ ਨੇ ਜਿਨ੍ਹਾਂ ਨੇ ਨਾਮ ਨੂੰ ਧਿਆਇਆ। ਇੱਦਾਂ ਕਰਕੇ ਇਸ ਕਰਕੇ ਪਾਤਸ਼ਾਹ ਕਹਿੰਦੇ ਪਰਮਾਤਮਾ ਦੇ ਭਗਤ ਨੇ ਜਿਹੜੇ ਭਾਈ ਉਹ ਆਪਣਾ ਸੁਹੱਪਣ ਪੈਦਾ ਕਰਨ ਦੇ ਲਈ ਨਾਮ ਜਪਦੇ ਨੇ, ਕਿਉਂਕਿ ਨਾਮ ਸਾਡੀ ਆਤਮਾ ਨੂੰ ਸੋਹਣਾ ਬਣਾਉਂਦਾ ਹੈ, ਸਾਡੇ ਮਨ ਦਾ ਸ਼ਿੰਗਾਰ ਕਰਦਾ ਹੈ। ਅਤੇ ਗੁਰੂ ਨੇ ਗੁਰਮੁਖ ਸਰੀਰ ਦੇਖਣਾ ਹੀ ਕੋਈ ਨਹੀਂ। ਦੇਖੋ ਨਾ, ਜਦੋਂ ਭਾਈ ਲੱਦਾ ਪਰਉਪਕਾਰੀ, ਚਲੋ ਇੱਕ ਉਦਾਹਰਣ ਲੈ ਲਈਏ ਆਪਾਂ, ਜਦੋਂ ਭਾਈ ਸੱਤਾ ਅਤੇ ਭਾਈ ਬਲਵੰਡ ਗੁਰਮੁਖੋ
ਤੜਫਦੇ ਤੜਫਦੇ ਭਾਈ ਲੱਦੇ ਪਰ ਉਪਕਾਰੀ ਦੇ ਕੋਲ ਜਾਂਦੇ ਵੀ ਤੂੰ ਮਾਫ਼ੀ ਦਵਾ ਦੇ ਸਾਨੂੰ। ਗਏ ਨਾ ਲਾਹੌਰ ਅਤੇ ਗੁਰੂ ਪਾਤਸ਼ਾਹ ਨੇ ਕੀ ਕਿਹਾ ਸੀ, ਜਿਹੜਾ ਫਰਮਾਇਸ਼ ਲੈ ਕੇ ਆਊ ਨਾ ਵਿਚੋਲਪੁਣਾ ਕਰੂ ਮਾਫ਼ੀ ਦਾ, ਖੋਤੇ 'ਤੇ ਬਿਠਾ ਕੇ ਮੂੰਹ ਕਾਲਾ ਕਰਕੇ ਘੁਮਾਵਾਂਗੇ। ਅਤੇ ਗੁਰਮੁਖੋ ਭਾਈ ਲੱਦੇ ਨੇ ਕੀਤਾ, ਕਹਿਣ ਲੱਗਾ ਗੁਰੂ ਨੂੰ ਕਿਉਂ ਕਰਨਾ ਪਵੇ ਇਹ ਕੰਮ, ਮੈਂ ਆਪ ਹੀ ਕਿਉਂ ਨਾ ਕਰ ਲਵਾਂ। ਖੋਤੇ 'ਤੇ ਬੈਠਾ ਅਤੇ ਮੂੰਹ ਕਾਲਾ ਕਰ ਲਿਆ ਅਤੇ ਲੈ ਕੇ ਦੋਨਾਂ ਗੁਰੂ ਕੇ ਪਿਆਰਿਆਂ ਨੂੰ ਗੁਰੂ ਅਰਜਨ ਦਰਦ ਪਹੁੰਚਿਆ ਨਾ। ਹੁਣ ਦੇਖੋ ਖੋਤੇ 'ਤੇ ਬੈਠਾ ਹੈ, ਖੋਤੇ 'ਤੇ ਅਤੇ ਮੂੰਹ ਸਾਰਾ ਗੁਰੂ ਕਾਲਾ ਕੀਤਾ ਹੋਇਆ ਸੀ ਅਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਪੁੱਛਿਆ ਕੌਣ ਆ ਰਿਹਾ, ਕਹਿਣ ਲੱਗੇ ਪਾਤਸ਼ਾਹ ਭਾਈ ਲੱਦਾ ਪਰ ਉਪਕਾਰੀ ਆ ਰਿਹਾ। ਗੁਰੂ ਅਰਜਨ ਸਾਹਿਬ ਆਪ ਉੱਠੇ ਤਖ਼ਤ ਤੋਂ, ਅੱਗੇ ਹੋ ਕੇ ਗਏ ਅਤੇ ਗਧੇ ਦੇ ਉੱਤੇ ਖੋਤੇ ਦੇ ਉੱਤੇ ਬੈਠੇ ਹੋਏ ਅਤੇ ਮੂੰਹ ਕਾਲਾ ਕੀਤੇ ਹੋਏ ਭਾਈ ਲੱਦੇ ਨੂੰ ਘੁੱਟ ਘੁੱਟ ਕੇ ਗਲਵੱਖੜੀ ਪਾ ਲਈ ਗੁਰੂ ਅਰਜਨ ਸਾਹਿਬ ਨੇ। ਕਹਿਣ ਲੱਗੇ ਲੱਦਿਆ ਸਿੱਖ ਹੋਣ ਅਤੇ ਤੇਰੇ ਵਰਗੇ ਹੋਣ, ਇਹੀ ਕਿਹਾ ਨਾ ਜੀ ਭਾਈ ਲੱਦਿਆ, ਸਿੱਖ ਹੋਣ ਅਤੇ ਤੇਰੇ ਵਰਗੇ ਹੋਣ, ਜਿਹੜੇ ਇਹ ਕਹਿ ਦੇਣ ਸਾਡਾ ਭਾਵੇਂ ਮੂੰਹ ਹੀ ਕਾਲਾ ਹੋ ਜਾਏ ਪਰ ਵਿਛੜੇ ਹੋਏ ਗੁਰੂ ਨਾਲ ਮਿਲ ਜਾਣ। ਇਹ ਹੈ ਮੇਰੇ ਗੁਰੂ ਤੋਂ ਵਿਛੜੇ ਹੋਏ ਮੇਰੇ ਗੁਰੂ ਨਾਲ ਮਿਲ ਜਾਣ, ਉਹਦੇ ਲਈ ਭਾਵੇਂ ਮੈਨੂੰ ਮੂੰਹ ਹੀ ਕਾਲਾ ਕਰਵਾਉਣਾ ਪੈ ਜੇ। ਭਾਈ ਲੱਦਿਆ ਤੇਰਾ ਮੁੱਖ ਬਹੁਤ ਸੋਹਣਾ ਹੈ, ਤੂੰ ਸੋਹਣੇ ਮੁੱਖ ਵਾਲਾ ਹੈ। ਇਹਦਾ ਅਰਥ ਕੀ ਸੀ ਗੁਰਮੁਖੋ, ਆਤਮਾ ਬੜੀ ਪਵਿੱਤਰ ਸੀ, ਗੁਰੂ ਨੇ ਤਾਂ ਆਤਮਾ ਦੇਖੀ ਨਾ, ਗੁਰੂ ਨੇ ਤਾਂ ਮਨ ਦੇਖਿਆ ਵੀ ਮਨ ਕਿੰਨਾ ਪਵਿੱਤਰ ਹੈ। ਇਸੇ ਤਰ੍ਹਾਂ ਹਰ ਕਾ ਨਾਮ ਜਨ ਕਾ ਰੂਪ ਰੰਗ, ਹਰੀ ਦਾ ਨਾਮ ਹੀ ਉਹਦੇ ਭਗਤ ਜਨਾਂ ਦੇ ਲਈ ਸੁਹੱਪਣ ਹੁੰਦਾ ਹੈ। ਹਰ ਕਾ ਹਰ ਨਾਮ ਜਪਤ ਕਬ ਪਰੈ ਨਾ ਭੰਗ, ਗੁਰਮੁਖੋ ਭੰਗ ਹੁੰਦਾ ਇਹ ਕਹਿ ਲਓ ਵੀ ਰੁਕਾਵਟ ਪੈਦਾ ਹੋ ਜਾਣੀ, ਭੰਗ ਦਾ ਕੀ ਅਰਥ ਬਣੇਗਾ ਰੁਕਾਵਟ ਪੈਦਾ ਹੋ ਜਾਣੀ। ਪਾਤਸ਼ਾਹ ਕਹਿੰਦੇ ਭਾਈ ਜਿਹੜੇ ਹਰੀ ਦਾ ਨਾਮ ਜਪਦੇ ਨੇ ਕਬ ਪਰੈ ਨਾ ਭੰਗ, ਉਹਨਾਂ ਦੀ ਜ਼ਿੰਦਗੀ ਵਿੱਚ ਕਦੇ ਵੀ ਕੋਈ ਵਿਘਨ ਨਹੀਂ ਪੈਦਾ ਹੁੰਦਾ, ਕਦੇ ਕੋਈ ਰੁਕਾਵਟ ਨਹੀਂ ਬਣਦੀ ਹੈ। ਕਿਉਂ, ਚੇਤਾ ਰੱਖੋ ਜਿਵੇਂ ਨਾ ਲਾਲ ਬੱਤੀ ਲੱਗੀ ਹੋਵੇ, ਸੌਖਾ ਸਮਝ ਲਓ ਉਹਨੂੰ ਤਰੀਕੇ ਨਾਲ, ਗੁਰਮੁਖੋ ਲਾਲ ਬੱਤੀ ਲੱਗੀ ਹੋਵੇ ਇੱਦਾਂ, ਅਤੇ ਲੋਕ ਕਹਿੰਦੇ ਨੇ ਵੀ ਲਾਲ ਬੱਤੀ ਕੋਈ ਵੀ ਆਈ ਪੀ ਬੰਦਾ ਕੋਈ ਰੋਕਦਾ ਜੀ ਉਹਨੂੰ, ਨਹੀਂ ਰੁਕਦਾ ਨਾ ਕਿਉਂਕਿ ਲਾਲ ਬੱਤੀ ਲੱਗੀ ਹੈ। ਇਸੇ ਤਰ੍ਹਾਂ ਗੁਰਮੁਖੋ ਜਿਹਦੇ ਸਿਰ ਦੇ ਉੱਤੇ ਪਰਮੇਸ਼ਰ ਦਾ ਹੱਥ ਹੋਵੇ ਨਾ, ਨਾਮ ਦੀ ਦਾਤ ਹੋਵੇ, ਪਾਤਸ਼ਾਹ ਕਹਿੰਦੇ ਉਹਨੂੰ ਕੋਈ ਨਹੀਂ ਜੇ ਰੋਕਦਾ। ਇੱਥੋਂ ਤੱਕ ਗੁਰੂ ਅਰਜਨ ਸਾਹਿਬ ਨੇ ਧੱਕਿਆ, ਪਾਤਸ਼ਾਹ ਕਹਿੰਦੇ ਜਮਦੂਤ ਤਾਂ ਸ਼ਰਮ ਕਰਕੇ ਭੱਜ ਜਾਂਦੇ ਹੈ, ਚੌਂਕੀ ਚੌਗਿਰਦ ਹਮਾਰੇ, ਰਾਮ ਨਾਮ ਮਨ ਲਾਗਾ ਜਮ ਲਜਾਏ ਕਰ ਭਾਗਾ। ਜਿਨ੍ਹਾਂ ਜਮਦੂਤਾਂ ਨੇ ਰੋਕਣਾ ਸੀ ਪਾਤਸ਼ਾਹ ਕਹਿੰਦਾ ਸ਼ਬਦ ਦੀ ਚੌਂਕੀ ਲਾ ਕੇ ਬੈਠਾ ਉਹਨੂੰ ਸ਼ਰਮਾ ਕੇ ਭੱਜ ਜਾਂਦੇ ਆ ਜਮਦੂਤ, ਜਮ ਲਜਾਏ ਕਰ ਭਾਗਾ, ਕਬ ਪਰੈ ਨਾ ਭੰਗ, ਜ਼ਿੰਦਗੀ ਵਿੱਚ ਕੋਈ ਰੁਕਾਵਟ ਨਹੀਂ ਆਉਂਦੀ ਹੈ। ਹਰ ਕਾ ਨਾਮ ਜਨ ਕੀ ਵਡਿਆਈ, ਵਡਿਆਈ ਹੁੰਦਾ ਸ਼ੋਭਾ, ਦੁਨੀਆ ਦੇ ਲਈ ਸ਼ੋਭਾ ਧਨ ਹੋਵੇਗੀ, ਦੌਲਤ ਹੋਵੇਗੀ, ਮਾਇਆ ਹੋਵੇਗੀ, ਕਿਸੇ ਲਈ ਵਡਿਆਈ ਸ਼ੋਭਾ ਉੱਚਾ ਪਦ ਹੋਵੇਗਾ, ਪਰ ਪਰਮਾਤਮਾ ਦੇ ਭਗਤ ਜਨਾਂ ਦੇ ਲਈ ਹਰੀ ਦਾ ਨਾਮ ਜਪਣਾ ਹੀ ਸਭ ਤੋਂ ਵੱਡੀ ਵਡਿਆਈ ਹੈ, ਸਭ ਤੋਂ ਵੱਡੀ ਦਾਤ ਹੈ। ਹਰ ਕੈ ਨਾਮ ਜਨ ਸ਼ੋਭਾ ਪਾਈ, ਹਰੀ ਦੇ ਜਨਾਂ ਨੇ ਨਾਮ ਦੇ ਰਾਹੀਂ ਹੀ ਸ਼ੋਭਾ ਪ੍ਰਾਪਤ ਕੀਤੀ ਹੈ।
ਇਹੀ ਹੈ ਨਾ ਗੁਰਮੁਖੋ, ਸੱਚੇ ਮਾਰਗ ਚੱਲਦੇ ਹਾਂ ਉਸਤਤ ਕਰੇ ਜਹਾਨ। ਇਸ ਕਰਕੇ ਸਮਝ ਪੈ ਗਈ ਸੱਚੀ ਸ਼ੋਭਾ ਮਿਲਣੀ ਹੈ ਹਰੀ ਦੇ ਨਾਮ ਨੂੰ ਜਪਾਂਗੇ ਤੇ। ਹਰ ਕਾ ਨਾਮ ਜਨ ਕਾ ਭੋਗ ਜੋਗ। ਗੁਰਮੁਖੋ ਭੋਗ ਸ਼ਬਦ ਗ੍ਰਸਤੀ ਲਈ ਹੈ ਅਤੇ ਯੋਗ ਸ਼ਬਦ ਤਿਆਗੀਆਂ ਲਈ ਹੈ। ਜਿਹੜੇ ਤਿਆਗੀ ਸਨ ਉਹ ਯੋਗ ਕਮਾਉਂਦੇ ਸੀ ਅਤੇ ਜਿਹੜੇ ਆਮ ਗ੍ਰਸਤੀ ਸੀ ਉਹ ਭੋਗ ਕਰਦੇ ਸੀ। ਭੋਗ ਵਰਤਾ ਅਰਥ ਹੁੰਦਾ ਗ੍ਰਸਤ ਵਿੱਚ ਰਹਿਣਾ, ਪਰਿਵਾਰ ਵਿੱਚ ਰਹਿਣਾ, ਭੋਗ ਯੋਗ। ਪਾਤਸ਼ਾਹ ਕਹਿੰਦੇ ਜਿਹੜਾ ਗੁਰੂ ਕਾ ਸਿੱਖ ਹੈ ਨਾ, ਪਰਮਾਤਮਾ ਦਾ ਭਗਤ ਹੈ, ਉਹ ਇੱਦਾਂ ਕਿਹਾ ਗੁਰੂ ਪਾਤਸ਼ਾਹ ਨੇ ਬਾਣੀ 'ਚ। ਪਾਤਸ਼ਾਹ ਕਹਿੰਦੇ ਗ੍ਰਸਤਨ ਮੈਂ ਤੂੰ ਵੱਡੋ ਗ੍ਰਸਤੀ, ਗ੍ਰਸਤੀਆਂ ਵਿੱਚੋਂ ਸਭ ਤੋਂ ਵੱਡਾ ਭੋਗਣ ਮੈਂ ਭੋਗੀ, ਭੋਗੀਆਂ ਵਿੱਚੋਂ ਸਭ ਤੋਂ ਵੱਡਾ ਭੋਗੀ ਵੀ ਤੂੰ ਹੈ, ਗ੍ਰਸਤੀਆਂ ਵਿੱਚੋਂ ਸਭ ਤੋਂ ਵੱਡਾ ਗ੍ਰਸਤੀ ਵੀ ਤੂੰ ਹੈ। ਕਿਉਂ? ਕਿਉਂਕਿ ਗੁਰਮੁਖੋ ਗ੍ਰਸਤੀ ਦੇ ਕੋਲ ਵੀ ਪਰਮਾਤਮਾ ਦਾ ਨਾਮ ਹੋਵੇ, ਭੋਗਣ ਵਾਲੇ ਕੋਲ ਵੀ ਪਰਮਾਤਮਾ ਦਾ ਨਾਮ ਹੋਵੇ, ਮਾਇਆ ਬੰਧਨ ਬਣਦੀ ਨਹੀਂ ਹੈ, ਫਿਰ ਨਹੀਂ ਮਾਇਆ ਬੰਧਨ ਬਣਦੀ। ਹਰ ਕਾ ਨਾਮ ਜਨ ਕੋ ਭੋਗ ਜੋਗ, ਹਰ ਨਾਮ ਜਪਤ ਕਛ ਨਾਹੈ ਵਿਯੋਗ। ਵਿਯੋਗ ਕਹਿੰਦੇ ਨੇ ਵਿਛੋੜੇ ਨੂੰ, ਵਿਛੋੜਾ, ਦੂਰੀ। ਹਰ ਨਾਮ ਜਪਤ, ਹਰੀ ਦੇ ਨਾਮ ਨੂੰ ਜਪਦਿਆਂ ਕਛ ਨਾਹੈ ਵਿਯੋਗ, ਕਦੇ ਵੀ ਸ਼ੁਭ ਗੁਣਾਂ ਤੋਂ ਵਿਛੋੜਾ ਨਹੀਂ ਪੈਂਦਾ। ਵਿਛੋੜਾ ਕਿੱਥੋਂ ਨਹੀਂ ਪੈਂਦਾ, ਵਿਯੋਗ ਕਿੱਥੋਂ ਨਹੀਂ ਪੈਦਾ ਹੁੰਦਾ? ਨੇਕੀਆਂ ਤੋਂ, ਚੰਗਿਆਈਆਂ ਤੋਂ, ਸ਼ੁਭ ਗੁਣਾਂ ਤੋਂ ਕਦੇ ਵਿਛੋੜਾ ਨਹੀਂ ਪੈਂਦਾ ਹੈ ਜਦੋਂ ਅਸੀਂ ਹਰੀ ਦਾ ਨਾਮ ਜਪਾਂਗੇ। ਜਨ ਰਾਤਾਂ ਹਰ ਨਾਮ ਕੀ ਸੇਵਾ। ਜਿਹੜਾ ਜਨ, ਜਨ ਦਾ ਕੀ ਅਰਥ ਹੁੰਦਾ? ਭਗਤ ਜਨ, ਗੁਰਸਿੱਖ, ਨਾਮ ਜਪਣ ਵਾਲਾ। ਜਨ ਦੀ ਨਿਸ਼ਾਨੀ ਕੀ ਹੈ? ਇੱਕ ਵਚਨ ਹੈ ਇੱਥੇ ਜਨ। ਭਗਤ ਜਨ ਦੀ ਨਿਸ਼ਾਨੀ ਕੀ ਹੈ? ਉਹ ਰਤਿਆ ਹੋਇਆ ਹੈ ਹਰੀ ਦੀ ਸੇਵਾ ਦੇ ਵਿੱਚ, ਇਹ ਨਿਸ਼ਾਨੀ ਹੈ। ਗੁਰਮੁਖੋ ਹੋਵੇ, ਹੋਵੇ ਗੁਰੂ ਕਾ ਸਿੱਖ ਅਤੇ ਫਿਰ ਨਾਮ ਨਾਲ ਰੱਤਿਆ ਹੋਵੇ, ਰੱਤਿਆ ਹੋਵੇ ਬਾਣੀ ਨਾਲ ਗੱਲ ਫਿਰ ਹੀ ਬਣਦੀ ਹੈ ਨਾ। ਇਹ ਨਿਸ਼ਾਨੀ ਹੈ ਗੁਰੂ ਕੇ ਸਿੱਖ ਦੀ, ਪਰਮਾਤਮਾ ਦੀ, ਭਗਤ ਦੀ। ਉਹ ਨਾਮ ਦੇ ਵਿੱਚ ਰੱਤਿਆ ਹੋਇਆ ਹੈ, ਉਹ ਗੁਰੂ ਦੀ ਸੇਵਾ ਦੇ ਵਿੱਚ ਰੱਤਿਆ ਹੋਇਆ ਹੈ। ਕਾਰੋਬਾਰ ਕਰਦਿਆਂ, ਉਹ ਘਰ ਬਾਰ ਪਾਲਦਿਆਂ 24 ਘੰਟੇ ਉਹਦੇ ਹੁਕਮ ਦੇ ਵਿੱਚ ਰੱਤਿਆ ਹੋਇਆ ਹੈ। ਜਨ ਰਾਤਾ ਹਰ ਨਾਮ, ਇਹਨੂੰ ਜਨ ਰਾਤਾਂ ਨਹੀਂ ਪੜ੍ਹਨਾ। ਜਨ ਜਿਹੜਾ ਪਰਮਾਤਮਾ ਦਾ ਜਨ ਹੈ, ਰਾਤਾ ਹਰ ਨਾਮ ਕੀ ਸੇਵਾ, ਉਹ ਹਰੀ ਦੀ, ਹਰੀ ਨਾਮ ਦੀ ਸੇਵਾ ਦੇ ਵਿੱਚ ਰੱਤਿਆ ਹੋਇਆ ਹੈ। ਨਾਨਕ ਪੂਜੈ ਹਰ ਹਰ ਦੇਵਾ, ਉਹ ਹਰੀ ਦੇਵ ਦੀ ਪੂਜਾ ਕਰਦਾ, ਉਹਦੇ ਲਈ ਹਰੀ ਹੀ ਸਭ ਤੋਂ ਵੱਡਾ ਦੇਵਤਾ ਹੈ, ਉਹਦੇ ਲਈ ਪਰਮਾਤਮਾ ਹੀ ਸ੍ਰੇਸ਼ਟ ਹੈ। ਪਾਤਸ਼ਾਹ ਕਹਿੰਦੇ ਨੇ ਜਿਹੜਾ ਭਾਈ ਪਰਮਾਤਮਾ ਦਾ ਭਗਤ ਜਨ ਹੈ, ਹੇ ਨਾਨਕ ਪੂਜੈ, ਉਹ ਪੂਜਾ ਕਰਦਾ ਹਰ ਹਰ ਦੇਵਾ, ਹਰੀ ਦੇਵ ਦੀ ਪੂਜਾ। ਹਰੀ ਦੇਵ ਦਾ ਕੀ ਅਰਥ ਹੈ? ਜਿਹਨੂੰ ਆਪਾਂ ਕਹਿੰਦੇ ਹਾਂ ਰਾਜਾਨ ਰਾਜ, ਪਨਾਨ ਪਾਨ, ਦੇਵਾਨ ਦੇਵ, ਦੇਵਤਿਆਂ ਦਾ ਵੀ ਦੇਵਤਾ ਹੈ, ਉਹ ਰਾਜਿਆਂ ਦਾ ਵੀ ਰਾਜਾ ਹੈ। ਪਨਾਨ ਪਾਨ ਹੁੰਦਾ ਸੂਰਜਾਂ ਦਾ ਵੀ ਸੂਰਜ ਹੈ, ਉਪਮਾ ਮਹਾਨ, ਉਹਦੀ ਉਪਮਾ ਸਭ ਤੋਂ ਮਹਾਨ ਹੈ। ਹਰ ਦੇਵ, ਉਹ ਦੇਵਤਿਆਂ ਦਾ ਵੀ ਦੇਵਤਾ ਜੋ ਹਰੀ ਹੈ, ਪਰਮਾਤਮਾ ਦਾ ਭਗਤ ਉਸ ਇੱਕ ਵਾਹਿਗੁਰੂ ਦੀ ਪੂਜਾ ਕਰਦਾ ਹੈ। ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਬੁਲਾਓ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿਗੁਰੂ।